ਪਾਣੀ ਦੀ ਵਾਰੀ ਨੂੰ ਲੈ ਕੇ ਖੇਤ ਦੇ ਵਿੱਚ ਖੂਨੀ ਝੜਪ ਹੋਈ ਹੈ। ਚਚੇਰੇ ਭਰਾਵਾਂ ਦੇ ਵੱਲੋਂ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ ਨੇ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ। ਪਿਓ ਪੁੱਤ ਸਣੇ 3 ਜ਼ਖਮੀ ਹੋਏ ਨੇ। ਚਚੇਰੇ ਭਰਾਵਾਂ ਦੇ ਵੱਲੋਂ ਜ਼ਮੀਨ ਨੂੰ ਲੈ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅੰਬੋਹਰ ਦੇ ਪਿੰਡ ਬਹਾਦਰ ਖੇੜਾ ਦਾ ਇਹ ਪੂਰਾ ਮਾਮਲਾ ਹੈ। ਜ਼ਖਮੀਆਂ ਦੇ ਚਚੇਰੇ ਭਰਾਵਾਂ ਦੇ ਵੱਲੋਂ ਜ਼ਮੀਨ ਦੇ ਰੌਲੇ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਰੱਖੀ ਹੈ। ਅੱਜ ਜਦੋਂ ਇਹ ਪਾਣੀ ਖੇਤ ਲਾਉਣ ਗਏ ਤਾਂ ਉੱਥੇ ਚਚੇਰੇ ਭਰਾਵਾਂ ਨੇ 8 ਰਾਊਂਡ ਫਾਇਰ ਕੀਤੇ, ਜਿਸ ਦੇ ਵਿੱਚ ਗੁਰਜੰਟ ਨੂੰ 2 ਤੇ ਬਾਕੀਆਂ ਨੂੰ 1-1 ਗੋਲੀ ਲੱਗੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਪੀੜਤਾਂ ਦੇ ਬਿਆਨ ਦਰਜ ਕੀਤੇ ਗਏ ਨੇ, ਜਿਸ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ। ਠੀਕ ਹੈ, ਇੱਕ ਆਪਣੇ ਮੁੰਡਾ ਨਾਲ ਉੱਥੇ ਆਪਣੇ ਜਿੰਦਗੀ ਖਾਸ ਹੀ ਬੰਦਾ ਆਪਣਾ ਉਹਦੇ ਨਾਲ ਬਸ ਸਾਡੇ 3 ਦੇ ਫੈਲ ਮਾਰੇ ਨਾਲ ਕੋਈ 4-5 ਜਣੇ ਗਏ, ਪਰ ਮੈਨੂੰ ਕਿਹੜੇ ਪਤਾ ਹੀ ਲੱਗਿਆ। ਕਾਰਨ ਪਈ ਯਾਰ ਨਾ ਆਪਣੇ ਤੇ ਲੜਾਈ ਦਾ, ਜਦੋਂ ਪਾਣੀ ਦਾ ਤੁਸੀਂ ਇੰਨਾ ਮਸਲਾ, ਕਿਉਂਕਿ ਪਾਣੀ ਸਾਡੇ ਹੱਥ 'ਚ ਸੀ, ਸਾਡਾ ਪਾਣੀ ਸੀ, ਠੀਕ ਹੈ ਨਾ। ਫਿਰ ਵੀ ਅਸੀਂ ਚੱਲ ਪਾਣੀ ਦੇਦੇ ਸੀ, ਬੰਦਾ ਆਪਦੇ ਨੱਕੇ 'ਤੇ ਵੜਦਾ ਕਿਵੇਂ, ਠੀਕ ਹੈ ਜੀ, ਪਿੱਛੇ ਧੱਕੇ ਨਾਲ ਹਰੇਕ ਬੰਦੇ ਨਾਲ ਧੱਕਾ ਕਰਦਾ, ਕਿਸੇ ਤੋਂ ਪੁੱਛਿਆ ਜਾਵੇ ਭਾਣਾ ਭੱਜ ਖੜੇ ਤੁਸੀਂ ਨਾਲ, ਕਈ ਜਣੇ ਵਿਸਥਾਰਨ ਸਿੰਘ ਆ, ਪੁੱਤਰ ਰਣਜੀਤ ਸਿੰਘ ਆ, ਮੁੰਡਾ ਮਿਹਰਬਾਨ ਅਮਰੀਕ ਸਿੰਘ ਆ। ਮੇਰਾ ਨਾਮ ਜਬਰਜੰਗ ਸਿੰਘ, ਅਸੀਂ ਰਹਿੰਦੇ ਹਾਂ ਗਿੱਦੜਵੇ ਅਤੇ ਪਿੰਡ ਸਾਡਾ ਹੈਗਾ ਬਾਦਰ ਜੀ। ਸਾਡੇ ਪਾਣੀ ਨਾ ਆਪਦੇ ਅਤੇ ਪਹਿਲੀ ਸਾਡੀ ਪਹਿਲਾਂ ਅਸੀਂ ਵੰਡ ਤੋਂ ਉਦੋਂ ਦੇ ਪਹਿਲਾਂ ਨਾਲ ਹੀ ਇੱਕ ਟੱਕ 'ਚ ਹੀ ਬੈਠੇ ਹਾਂ। ਉਹ ਟੱਕ 'ਚ ਸਾਡੀ ਤਾਂ ਵਾਲੀ ਪੱਖੀ ਇੱਕ ਨੇ ਵਾਹਲੀ, ਅਸੀਂ ਪਾਣੀ ਲਾਉਂਦੇ ਨਹੀਂ ਸੀਗੇ। ਇਹ ਕਹਿੰਦਾ ਘੰਟਾ ਵਾਰੀ ਬਣਦੀ ਹੈ ਮੇਰੀ, ਜਿਹਦੇ 'ਚ ਘੰਟਾ ਵਾਰੀ ਇਹਦੇ ਨਾ ਹੀ ਨਹੀਂ ਅਤੇ ਬਣਦੀ ਵੀ ਨਹੀਂ ਅਤੇ ਲਾਈ ਜਾਂਦਾ ਸੀ ਇਹ ਪਾਣੀ ਪਿੱਛੇ, ਤਾਂ ਅਸੀਂ ਬੋਲੇ ਨਹੀਂ। ਅਤੇ ਉਹ ਵਾਹਣ ਪਿੱਛੇ ਕਹਿੰਦਾ, ਮੈਂ ਕਹਿੰਦਾ ਵਾਹਣ ਵਾਹੂੰਗਾ, ਅਸੀਂ ਇੱਕ ਵਾਹਣ 'ਚ ਵੀ ਵਾਹਣ ਕਿਉਂ ਵਾਹੇਗਾ, ਇਹਨੇ ਕਹਿੰਦਾ ਤੁਸੀਂ ਮੁੰਡੇ ਬਣਦੇ ਹਾਂ ਤੁਸੀਂ, ਅਸੀਂ ਪਾਣੀ ਤਾਂ ਲਾਉਣਾ ਹੀ ਸੀ, ਆਪਦਾ ਵਾਹਣ ਸਵਾਰਨਾ ਹੀ ਆ। ਅਤੇ ਇਹਨੇ ਖੈਰ ਮਾਰਤੇ ਜਾ ਕੇ, ਅਸੀਂ ਪਹਿਲਾਂ ਵੀ ਦਰਖਾਸਤ ਦਿੱਤੀ ਹੈ ਅਸਲੇ ਦੀ, ਅਸਲ ਦਾ ਜਬਤ ਨਹੀਂ ਹੋਇਆ। ਪ੍ਰਾਹੁਣਾ ਵੀ ਸੀ ਨਾਲ ਇਹਨਾਂ ਦਾ ਜੀ, ਇੱਕ ਬੰਦਾ ਹੋਰ ਸੀ ਨਾ ਨਾ ਬਾਪੂ ਦਾ ਭਰਾ ਹੈ ਜੀ ਮੇਰੇ ਦਾ, ਫੱਟੜ 'ਤੇ 3 ਜਣੇ ਹੋਏ ਜੀ, ਇੱਕ ਬਲਦੇਵ ਸਿੰਘ, ਇੱਕ ਸੰਦੀਪ ਸਿੰਘ ਜੀ ਅਤੇ ਇੱਕ ਗੁਰਜੰਗ ਸਿੰਘ ਜੀ। ਇਹ ਫਾਇਰ ਮਾਰੇ ਜੀ ਉਹਨੇ, ਉਹਨਾਂ ਨੇ 7-8 ਮਾਰੇ ਫਾਇਰ ਜੀ, ਨਾ ਦੂਜੀ ਧਿਰ ਦੇ ਨਹੀਂ ਵੱਜੀ ਉਹਨੇ, ਤਾਂ ਫਾਇਰ ਮਾਰਨ ਹੀ ਲੱਗ ਗਿਆ ਅੱਗੇ ਜਾ ਕੇ। ਹਾਲੇ ਐਕਸਰੇ ਕਰਵਾਇਆ, ਕਿਸੇ ਨੂੰ ਰੈਫਰ ਕੀਤਾ, ਹਲੇ ਟ੍ਰੀਟਮੈਂਟ ਕਰ ਰਹੇ ਹਾਂ, ਜੇ ਸਾਨੂੰ ਲੱਗਿਆ ਫਿਰ ਰੈਫਰ ਕਰਵਾ ਦੇ। 2 ਜਣੇ ਪੱਟ ਪਏ ਗਏ, ਇੱਕ ਬਾਂਹ ਪਏ ਗਏ, ਅਤੇ ਸਾਡੇ ਕੋਲ 3 ਪੇਸ਼ੈਂਟ ਆਏ ਆ ਜਿਹਨਾਂ ਦੀ, ਇਹਨਾਂ ਦੁਆਰਾ ਦੱਸਿਆ ਜਾ ਰਿਹਾ ਇਹਨਾਂ ਦੀ ਆਪਣੇ ਬਹਾਦਰ ਅੱਜ ਇੱਕ ਜਿਹੜੀ ਹੈ ਘਟਨਾ ਰਿਪੋਰਟ ਹੋਈ ਸੀਗੀ ਕਿ ਹੋਸਪਿਟਲ 'ਚ ਬਲਦੇਵ ਐਂਡ ਪਾਰਟੀ ਐਡਮਿਟ ਹੋਏ ਨੇ, ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨੇ। ਅਸੀਂ ਮੌਕੇ 'ਤੇ ਪਹੁੰਚਿਆ, ਬਹਾਦਰ ਕਿਹੜਾ ਪਿੰਡ ਹੈ ਜੀ, ਜਿੱਥੇ ਪਾਣੀ ਦੀ ਵਾਰੀ ਨੂੰ ਲੈ ਕੇ ਕੋਈ ਇਹਨਾਂ ਦਾ ਪੁਰਾਣਾ ਡਿਸਪਿਊਟ ਚੱਲਦਾ ਆ ਰਿਹਾ। ਤੋ ਅਸੀਂ ਫੋਲੋਅਪ ਲੈ ਕੇ ਜੋ ਹੁਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ,
ਅਸੀਂ ਜਿਹੜਾ ਹੈ ਮੌਕਾ ਚੈੱਕ ਕਰ ਲਿਆ ਅਤੇ ਇਸ ਤੋਂ ਬਾਅਦ ਜੋ ਅਕਿਊਜ਼ ਜਾਂ ਦੋਸ਼ੀ ਨੇ ਉਹਨਾਂ ਦੇ ਪ੍ਰੋਪਰ ਜੋ ਕਾਰਵਾਈ ਬਣਦੀ ਉਹ ਕਰਾਂਗੇ ਜੀ। ਥੈਂਕ ਯੂ।